ਅੰਮ੍ਰਿਤਸਰ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜਾ ਮੁੱਦਾ ਪੰਜਾਬ ਦੇ ਲਾਅ ਐਂਡ ਆਰਡਰ ਦੇ ਹਾਲਾਤ ਬਣੇ ਹੋਏ ਨੇ, ਸਭ ਦੇ ਸਾਹਮਣੇ ਹੁਣ ਪੰਜਾਬ 'ਚ ਜੋ ਟੈਰਿਜ਼ਮ ਵਾਲੇ ਦਿਨ 'ਤੇ ਜੋ ਹਾਲਾਤ ਬਣੇ ਪਏ ਬਾਰਡਰ ਦਾ ਏਰੀਆ ਹਿੰਦੂ ਪਾਕ ਬਾਰਡਰ 'ਚ ਇੱਕ ਬੰਦਾ ਮਿਸਿੰਗ ਹੋ ਜਾਵੇ ਤਾਂ ਸਰਕਾਰ ਜਵਾਬਦੇਹੀ ਨਾ ਹੋਵੇ, NRI ਪਰਿਵਾਰ ਹੋਵੇ, NRI ਮਿਨਿਸਟਰ ਜਵਾਬ ਨਾ ਦੇਵੇ। ਅਤੇ ਉਹਨਾਂ ਨੇ ਕਿਹਾ ਕਿ ਬੜਾ ਸੀਰੀਅਸ ਇਸ਼ੂ ਹੈ। ਦੂਜੀ ਗੱਲ, ਭਗਵੰਤ ਮਾਨ ਜਲੰਧਰ ਦੀ ਚੋਣ 'ਚ ਫਿਰਦਾ, ਜਲੰਧਰ ਦੀ ਚੋਣ 'ਚ ਉਹਨਾਂ ਦੇ ਚਹੇਤੇ ਉਹਨਾਂ ਦਾ ਅਨਮੋਲ ਹੀਰਾ ਜੀ ਨੂੰ ਉਹਨਾਂ ਨੇ 2022 'ਚ ਆਪ ਹੈੱਡ ਪਿੱਕ ਕੀਤਾ, ਟਿਕਟ ਦਿੱਤੀ ਅਤੇ ਉਹ MLA ਬਣੇ। ਸੀਤਲ ਅੰਗਰਾਲ ਜੀ ਉਹਨਾਂ ਦੀ ਵੀ ਮੈਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਨੇ। ਸੀਤਲ ਜੀ ਨੇ ਇਹ ਆਰੋਪ ਲਾਏ ਕਿ ਲੋਟਸ ਓਪਰੇਸ਼ਨ ਲੋਟਸ ਭਾਜਪਾ ਕਰਦੀ ਸੀ, ਸਾਨੂੰ 25-25 ਕਰੋੜ ਦਾ ਆਫਰ ਸੀ ਅਤੇ ਉਹਦੀ ਸ਼ਿਕਾਇਤ CM ਸਾਹਿਬ ਨੇ ਆਪ ਹਰਪਾਲ ਚੀਮਾ No. 2 ਐਂਡ ਕੈਬਨਿਟ ਫਾਈਨੈਂਸ ਮਿਨਿਸਟਰ ਦੀ ਡਿਊਟੀ ਲਾਈ। DGP ਕੇ ਹਿਸਾਬ ਕੋਲ 15 ਤੋਂ 20 MLA ਗਏ ਸਰਦਾਰ ਬੁੱਧ ਰਾਮ ਜੀ ਜਿਹੜੇ ਉਹਨਾਂ ਦੇ ਪ੍ਰਧਾਨ ਨੇ, ਅਤੇ ਪਰਚਾ ਦਰਜ ਹੋਇਆ, ਰਿਜ਼ਲਟ 0 ਆਇਆ, ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ। ਦੇਖੋ, ਅੱਜ ਦਾ ਜਿਹੜਾ ਮੁੱਦਾ ਨਾ ਜੀ, ਜੋ ਪੰਜਾਬ ਦੇ ਲਾਅ ਐਂਡ ਆਰਡਰ ਦੇ ਹਾਲਾਤ ਬਣੇ ਆ ਔਰ ਪੰਜਾਬ 'ਚ ਜੋ ਟੈਰਰਿਜ਼ਮ ਵਾਲੇ ਦਿਨਾਂ 'ਤੇ ਜੋ ਹਾਲਾਤ ਬਣੇ, ਉਹੋ ਜਿਹੇ ਹਾਲਾਤ ਬਣੇ ਪਏ ਆ, ਬਾਰਡਰ ਦਾ ਏਰੀਆ ਇੰਡੋ ਪਾਕ ਬਾਰਡਰ 'ਚ ਇੱਕ ਬੰਦਾ ਮਿਸਿੰਗ ਹੋ ਜੇ ਅਤੇ ਸਰਕਾਰ ਜਵਾਬਦੇਹੀ ਨਾ ਹੋਵੇ, NRI ਪਰਿਵਾਰ ਹੋਵੇ, NRI ਮਿਨਿਸਟਰ ਜਵਾਬ ਨਾ ਦੇਵੇ, ਦਿਸ ਇਜ਼ ਅ ਵੈਰੀ ਸੀਰੀਅਸ ਇਸ਼ੂ। ਦੂਜੀ ਗੱਲ, ਭਗਵੰਤ ਮਾਨ ਜਲੰਧਰ ਦੀ ਚੋਣ 'ਚ ਫਿਰਦਾ, ਜਲੰਧਰ ਦੀ ਚੋਣ 'ਚ ਉਹਨਾਂ ਦੇ ਚਹੇਤੇ, ਉਹਨਾਂ ਦਾ ਅਨਮੋਲ ਹੀਰਾ ਜਿਹਨੂੰ ਉਹਨਾਂ ਨੇ 2022 'ਚ ਆਪ ਹੈਂਡ ਪਿੱਕ ਕੀਤਾ, ਟਿਕਟ ਦਿੱਤੀ, ਉਹ MLA ਬਣੇ ਸ਼ੀਤਲ ਅਰੰਗਾਲ ਜੀ, ਉਹਨਾਂ ਨੇ ਉਸ ਵੇਲੇ ਐਡਾ ਪਿਆਰ ਸੀ ਉਹਨਾਂ ਦੀ, ਮੈਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਨੇ ਕਿ ਉਹ ਸ਼ੀਤਲ ਜੀ ਨੇ ਇਹ ਆਰੋਪ ਲਾਏ ਕਿ ਓਪਰੇਸ਼ਨ ਲੋਟਸ ਭਾਜਪਾ ਕਰਦੀ ਸੀ, ਸਾਨੂੰ 25-25 ਕਰੋੜ ਦਾ ਆਫਰ ਸੀ। ਉਹਦੀ ਸ਼ਿਕਾਇਤ CM ਸਾਹਿਬ ਨੇ ਆਪ ਹਰਪਾਲ ਚੀਮਾ No. 2 ਐਂਡ ਕੈਬਨਿਟ ਫਾਈਨੈਂਸ ਮਿਨਿਸਟਰ ਦੀ ਡਿਊਟੀ ਲਾਈ, DGP ਕੇ ਹਿਸਾਬ ਕੋਲ 15-20 MLA ਗਏ ਸਰਦਾਰ ਬੁੱਧ ਰਾਮ ਜੀ, ਬੁੱਧ ਰਾਮ ਜੀ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਨਾਲ ਗਏ, ਪਰਚਾ ਦਰਜ ਹੋਇਆ, ਰਿਜ਼ਲਟ 0 ਆਇਆ, ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਅਤੇ ਤਗੜੇ ਹੋ ਕੇ ਆਪਦੇ ਮੁੱਛ ਦੇ ਵਾਲ ਦੀ, ਆਪਦੇ ਅਨਮੋਲ ਹੀਰੇ ਦੀ ਭਗਵੰਤ ਮਾਨ ਸਾਹਿਬ ਨੇ ਸ਼ਿਫਟ ਕੀਤੀ ਕਿ ਬੰਦਾ ਨਹੀਂ ਡੋਲਿਆ, ਇਹ ਖਲੋਤਾ ਰਿਹਾ ਔਰ ਉਸ ਬੰਦੇ ਨੇ ਅੱਜ ਭਗਵੰਤ ਮਾਨ 'ਤੇ ਆਰੋਪ ਲਾਏ ਆ। ਹੁਣ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ, ਹੁਣ ਦੱਸ ਭਾਈ ਤੇਰੇ ਅਨਮੋਲ ਹੀਰਾ ਹੁਣ ਤਾਂ ਤੇਰੇ 'ਤੇ ਇਲਜ਼ਾਮ ਲਾ ਰਿਹਾ ਕਿ ਜਿੰਨਾ ਲੋਟਰੀ ਦਾ ਸੱਟਾ ਬਾਜ਼ਾਰ, ਜੋ ਸ਼ਰਾਬ ਮਾਫੀਆ, ਸਾਰਾ ਕੁਝ ਕੌਣ ਚਲਾ ਰਿਹਾ? CM ਸਾਹਿਬ ਦਾ ਪਰਿਵਾਰ ਚਲਾ ਰਿਹਾ, MLA ਦਾ ਨਾਂ ਉਹਨੇ ਲੈ ਤਾ। ਹੁਣ ਇਹ ਸਾਰਾ ਵਿਸ਼ਾ ਐਡਾ ਡੇਂਜਰਸ ਹੋ ਗਿਆ ਕਿ ਜਦੋਂ ਹੁਣ ਉਹਦੀ ਇਨਕੁਆਇਰੀ ਕੌਣ ਕਰੂ? ਚੀਫ ਮਿਨਿਸਟਰ ਸਾਹਿਬ ਆਪ, ਕਮਾਲ ਹੋ ਗਈ ਫਿਰ ਤਾਂ, ਆਪ ਹੀ ਜੱਜ, ਆਪ ਹੀ ਮੁਜਰਮ ਅਤੇ ਆਪ ਹੀ ਫੈਸਲਾ, ਆਪ ਹੀ ਵਕੀਲ। ਇਸ ਹਾਲਾਤ 'ਚ ਉਹਦੀ ਇੰਡੀਪੈਂਡੈਂਟ ਇਨਕੁਆਇਰੀ, ਔਰ ਇੰਡੀਪੈਂਡੈਂਟ ਇਨਕੁਆਇਰੀ ਇਸ ਲਈ ਵੀ ਜ਼ਰੂਰੀ ਆ, ਕੱਲ੍ਹ CM ਸਾਹਿਬ ਉਹਨੂੰ ਦਬਕਾ ਮਾਰ ਰਹੇ ਆ, ਨਾ ਨਾ ਦਬਕਾ ਮਾਰ ਰਹੇ ਆ ਕਿ ਤੇਰੇ ਜਿਹੜੇ ਡਰੱਗ ਦੇ ਕੇਸ ਨੇ ਨਾ, ਮੈਂ ਦੱਸੂ, ਅਤੇ ਡਰੱਗ ਦੇ ਕੇਸ ਤਾਂ ਉਜਾਗਰ ਹੋਏ ਸੀ ਜਦੋਂ ਤੇਰੇ ਨਾਲ ਸੀ
ਭਗਵੰਤ ਮਾਨ ਉਦੋਂ ਤੂੰ ਇਹਨੂੰ ਥਾਪੀਆਂ ਦਿੰਦਾ ਸੀ। ਮਤਲਬ ਡਰੱਗ ਵਾਸਤੇ ਮਾਪਦੰਡ ਦੋਹਰੇ ਕਿ ਜਦ ਤੱਕ ਤਾਂ ਉਹ ਆਮ ਆਦਮੀ ਪਾਰਟੀ 'ਚ ਸੀ ਉਹਨੂੰ ਸਭ ਮਾਫ਼ ਹੈ, ਅੱਜ ਉਹਨੂੰ ਤੂੰ ਦਬਕੇ ਮਾਰਨ ਡਿਆ, ਉਦੋਂ ਪਰਚਾ ਕਿਉਂ ਨਾ ਦਿੱਤਾ। ਸੋ CM ਸਾਹਿਬ ਦੀ ਵੀ ਕਾਰਗੁਜ਼ਾਰੀ ਲਾਅ ਐਂਡ ਆਰਡਰ ਨੂੰ ਲੈ ਕੇ, ਅੱਜ ਦੇ ਹਾਲਾਤਾਂ ਨੂੰ ਲੈ ਕੇ ਤੁਹਾਡੇ ਸਾਹਮਣੇ। ਪੂਰੀ ਸਰਕਾਰ ਜਲੰਧਰ ਦੇ ਵਿੱਚ ਡਟੀ ਹੈ, CM ਸਾਹਿਬ ਨੇ ਘਰ ਵੀ ਲੈ ਲਿਆ, ਕਿੰਨਾ ਕੁ ਜ਼ਿਆਦਾ ਨਹੀਂ ਸਰਕਾਰ ਪੂਰੀ ਡਟੀ ਹੈ ਇਹਦਾ ਤਾਂ ਮੈਨੂੰ ਨਹੀਂ ਪਤਾ। ਦੋ ਮੰਤਰੀ ਨਹੀਂ ਲੱਭ ਰਹੇ ਉੱਥੇ, ਇੱਕ ਬਲਕਾਰ ਸਿੰਘ ਜਿਹਦੀ ਬੜੀ ਖਤਰਨਾਕ ਵੀਡੀਓ ਸਾਹਮਣੇ ਪਹਿਲੀ ਵਾਰੀ ਵੇਖ ਰਹੇ ਹਾਂ ਜੀ, ਸਟਾਰ ਪ੍ਰਚਾਰਕ ਉੱਥੇ ਲੱਭ ਹੀ ਨਹੀਂ ਰਿਹਾ। ਹੁਣ ਜਲੰਧਰ ਦੀ ਜਿਮਨੀ ਚੋਣ ਹੋਵੇ, ਜਲੰਧਰ ਦਾ ਮੰਤਰੀ ਹੋਵੇ ਅਤੇ ਉੱਥੇ ਜਾਵੇ ਨਾ ਸਰਕਾਰ ਦਾ, ਤਾਂ ਇੱਥੋਂ ਹੀ ਹਾਲ ਵੇਖ ਲਓ ਕੀ ਆ। ਉਹਨੂੰ ਘਰੇ ਬੰਦ ਕੀਤਾ, ਨਜ਼ਰ ਬੰਦ ਕੀ, ਤੂੰ ਨਾ ਬਾਹਰ ਆ ਜੀ, ਇੱਕੋ ਕਟਾਰੂ ਚੱਕ ਤੋਂ ਵੋਟਾਂ ਮੰਗਾ ਲੈਣੀ, ਇੱਕ ਉਹਨੂੰ ਨਜ਼ਰ ਬੰਦ ਕੀਤਾ। ਕਮਾਲ ਦੀ ਗੱਲ ਹੈ ਯਾਰ, ਇਹ ਕੀ ਹੋ ਕੀ ਰਿਹਾ। ਦੇਖੋ ਇਸ ਤਰ੍ਹਾਂ ਹੈ, ਮੈਂਬਰ ਪਾਰਲੀਮੈਂਟ ਬਣੇ ਨੇ, ਲੋਕਾਂ ਨੇ ਬਣਾਇਆ, ਸਹੁੰ ਚੁੱਕਣਾ ਸੰਵਿਧਾਨਿਕ ਹੱਕ ਹੈ। ਸੰਵਿਧਾਨ ਦੀ ਸਹੁੰ ਚੁੱਕ ਕੇ ਆਪਦੀ ਕੱਲ੍ਹ ਉਹਨਾਂ ਨੇ MP ਦੀ ਸ਼ੁਰੂਆਤ ਕਰਨੀ ਹੈ। ਸੰਵਿਧਾਨ 'ਚ ਭਰੋਸਾ ਉਹਨਾਂ ਨੇ ਆਪਦਾ ਦਿਖਾਉਣਾ, ਚੰਗੀ ਗੱਲ ਹੈ ਜੀ, ਇੱਥੇ ਮਾੜੀ ਗੱਲ ਨਹੀਂ। ਅਕਾਲੀ ਦਲ ਦੀਆਂ ਮੀਟਿੰਗਾਂ ਦੇ ਵਿੱਚ ਤੁਹਾਡੀ ਗੈਰ ਹਾਜ਼ਰੀ ਨੂੰ ਲੈ ਕੇ ਬਹੁਤ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।